मर्डर रिलेटेड सी। विनय वर्मा 34 साल उम्र का एक करिंदा सी जो कि जाखू गैस एजेंसी तो 3 गैस सिलेंडर अपनी रेड़ी से लेके चलिया सी ते खटकड़ खुर्द वाली रोड से उसकी डेड बॉडी सीरियस सट्टा जिहड़ी उहदे सिर ते मारी गई सी उहदे बाद मिली सी। ये 2 तारीख नूं शाम 5 बजे जिहड़ा इंसीडेंट करीब होया सी उह 5:30 दे करीब पुलिस नूं इतला दित्ती गई। ਇਹਦੇ ਵਿੱਚ CCTV ਫੁਟੇਜਿਸ ਤੋਂ ਜਿਹੜੀ ਕੋਈ ਕਲਿਊਜ਼ ਮਿਲੇ ਸੀ ਕੁਝ ਟੈਕਨੀਕਲ ਕਲਿਊਜ਼ ਵਗੈਰਾ ਲੈ ਕਰਕੇ ਇਹਨਾਂ ਨੇ ਅੱਜ ਸਵੇਰੇ 2 ਸ਼ਖਸ ਇਸ ਕੇਸ ਦੇ ਵਿੱਚ ਜਿਹੜੀ ਵਾਰਦਾਤ ਵਿੱਚ ਇਨਵੋਲਵ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਦੇ ਵਿੱਚ ਰਣਜੀਤ ਘੋਗਾ ਜਿਹੜਾ ਕਰੀਬ 23 ਸਾਲ ਉਮਰ ਦਾ ਹੈ ਔਰ ਇੱਕ ਜਿਹੜਾ ਬੰਦਾ ਹੈ ਹੈਰੀ ਕਰਕੇ ਉਹਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਹੈ। ਨਵਾਂਸ਼ਹਿਰ ਪੁਲਿਸ ਵੱਲੋਂ ਜੋ 1 ਨੰਬਰ FIR ਮਰਡਰ ਰਿਲੇਟਡ ਸੀ ਵਿਨੈ ਵਰਮਾ 34 साल उम्र का एक करिंदा सी जो कि जाखू गैस एजेंसी तो 3 गैस सिलेंडर अपनी रेड़ी से लेके चलिया सी ते खटकड़ खुर्द वाली रोड से उसकी डेड बॉडी सीरियस सट्टा जिहड़ी उहदे सिर ते मारी गई सी उहदे बाद मिली सी। ये 2 तारीख नूं शाम 5 बजे जिहड़ा इंसीडेंट करीब होया सी उह 5:30 दे करीब पुलिस नूं इतला दित्ती गई सी। उस ते बहुत तत्परता नाल काम करते हुए नवांशहर पुलिस वल्लों SSP श्री भगीरथ मीणा जी ਇਹਨਾਂ ਦੇ SP ਡਿਟੈਕਟਿਵ ਹੈ ਸ਼੍ਰੀ ਮੁਕੇਸ਼ ਉਹਨਾਂ ਦੇ ਰਹਿਨੁਮਾਈ ਵਿੱਚ ਜਿਹੜੇ ਸਾਡੇ DSP ਸਾਹਿਬਾਨ ਹੈ ਹਰਸ਼ ਪ੍ਰੀਤ ਇਹਦੇ ਇਲਾਵਾ ਸੁਰਿੰਦਰ ਚਾਂਦ ਸਾਹਿਬ ਔਰ DSP ਸਬ ਡਿਵੀਜ਼ਨ ਸਰਵਨ ਬਲ ਇਹਨਾਂ ਸਾਰਿਆਂ ਨੇ ਸਮੇਤ CIA ਸਟਾਫ ਕੰਮ ਕੀਤਾ ਹੈ। ਇਹਦੇ ਵਿੱਚ CCTV ਫੁਟੇਜਿਸ ਤੋਂ ਜਿਹੜੀ ਕੋਈ ਕਲਿਊਜ਼ ਮਿਲੇ ਸੀ ਕੁਝ ਟੈਕਨੀਕਲ ਕਲਿਊਜ਼ ਵਗੈਰਾ ਲੈ ਕਰਕੇ ਇਹਨਾਂ ਨੇ ਅੱਜ ਸਵੇਰੇ 2 ਸ਼ਖਸ ਇਸ ਕੇਸ ਦੇ ਵਿੱਚ ਜਿਹੜੀ ਵਾਰਦਾਤ ਵਿੱਚ ਇਨਵੋਲਵ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹਦੇ ਵਿੱਚ ਰਣਜੀਤ ਘੋਗਾ ਜਿਹੜਾ ਕਰੀਬ 23 ਸਾਲ ਉਮਰ ਦਾ ਹੈ ਔਰ ਇੱਕ ਜਿਹੜਾ ਬੰਦਾ ਹੈ ਹੈਰੀ ਕਰਕੇ ਉਹਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਹ ਦੋਨੋਂ ਹੈਰੀ ਜੋ ਹੈ ਇੱਕ ਸਾਹਮਣੇ HP ਗੈਸ ਏਜੰਸੀ ਵਿੱਚ ਕੁਝ ਸਾਲਾਂ ਤੋਂ ਕੰਮ ਕਰ ਰਿਹਾ ਸੀ, ਪਹਿਲੇ ਜਿਹੜਾ ਹੈ ਜਾਖੂ ਗੈਸ ਏਜੰਸੀ ਵਿੱਚ ਵੀ ਕੰਮ ਕਰ ਚੁੱਕਿਆ ਸੀ। ਇਹਨਾਂ ਨੇ ਜਿਹੜਾ ਹੈ ਇੱਕ ਦਾਤਰ ਪ੍ਰੋਕਿਓਰ ਕਰਕੇ ਔਰ ਉਸ ਦਿਨ ਸ਼ਾਮ ਨੂੰ ਵਿਨੈ ਵਰਮਾ ਨੂੰ ਜਿਹੜਾ ਹੈ 3 ਸਿਲੰਡਰਸ ਦੀ ਡਿਲੀਵਰੀ ਲਈ ਬੁਲਾਇਆ ਔਰ ਉਹਨੂੰ ਜਾ ਕਰਕੇ ਬਾਅਦ ਵਿੱਚ ਘੇਰ ਲਿਆ ਔਰ ਉਸ ਨੂੰ ਜਾ ਕਰਕੇ ਸੱਟਾ ਮਾਰੀ। ਜਿਹੜਾ ਹੈਰੀ ਹੈ ਉਹਦੀ ਰੇੜੇ ਵਿੱਚ ਸਵਾਰ ਹੋ ਗਿਆ ਸੀ ਉਹਨੂੰ ਰਾਹ ਦਿਖਾਉਣ ਲਈ ਔਰ ਉਸੀ ਦੌਰਾਨ ਜਿਹੜਾ ਇਹਨੇ ਸੱਟਾਂ ਮਾਰਨੀ ਸ਼ੁਰੂ ਕੀਤੀ। ਸੋ ਇਹਨਾਂ ਦੋਨੋਂ ਨੂੰ ਅੱਜ ਅਰੈਸਟ ਕਰ ਲਿਆ ਗਿਆ। ਇਹਨਾਂ ਕੋਲੋਂ ਜਿਹੜਾ ਹੈ ਵਾਰਦਾਤ ਵਿੱਚ ਵਰਤਿਆ ਗਿਆ ਜੋ ਹਥਿਆਰ ਹੈ ਇਹ ਬਰਾਮਦ ਕਰ ਲਿਆ ਗਿਆ ਹੈ। ਸਾਥ ਮੇਂ ਜਿਹੜਾ ਹੈ ਮੋਬਾਈਲ ਫੋਨ ਹੈ ਜਿਹੜਾ ਉਸ ਵੇਲੇ ਜੋ ਵਿਨੈ ਵਰਮਾ ਕੋਲ ਸੀ ਉਹ ਵੀ ਇਹਨਾਂ ਕੋਲੋਂ ਰਿਕਵਰ ਹੋ ਗਿਆ ਹੈ ਸਮੇਤ 16,620 ਰੁਪਏ ਜੋ 27,000 ਰੁਪਏ ਟੋਟਲ ਉਸ ਕੋਲੋਂ ਇਹਨਾਂ ਨੇ ਲੁੱਟੇ ਸੀ ਇਹ ਬਰਾਮਦ ਹੋ ਗਏ। ਇਹਨਾਂ ਦਾ ਜਿਹੜਾ ਮਕਸਦ ਸੀ ਉਹਨੂੰ ਮਾਰਨ ਦਾ ਉਹ ਲੂਟ ਕਰਨ ਦਾ ਸੀ ਕਿਉਂਕਿ ਇਹ ਦੋਨੋਂ ਨਸ਼ੇ ਕਰਨ ਲੱਗੇ ਸੀ ਔਰ ਕਾਫੀ ਜ਼ਿਆਦਾ ਜਿਹੜਾ ਹੈ ਸੁਲਫਾ ਵਗੈਰਾ ਪੀਣ ਲੱਗੇ ਸੀ ਔਰ ਇਸ ਜਿਹੜੇ ਪੈਸੇ ਜੋ ਇਹਨਾਂ ਨੇ ਵਰਤੇ ਉਹ ਵੀ ਨਸ਼ੇ ਕਰਨ 'ਤੇ ਹੀ ਵਰਤੇ। ਸੋ ਇੱਕ ਵਧੀਆ ਜਿਹੜਾ ਹੈ ਇੱਕ ਜੋ ਟਰੇਸਿੰਗ ਹੈ ਡਿਟੈਕਸ਼ਨ ਹੈ ਉਹ ਨਵਾਂਸ਼ਹਿਰ ਪੁਲਿਸ ਵੱਲੋਂ ਅੱਜ ਕੀਤੀ ਗਈ ਹੈ ਔਰ ਇੱਕ ਕੇਸ ਬੜਾ ਸੈਂਸੇਸ਼ਨਲ ਔਰ ਹੀਨਸ ਕ੍ਰਾਈਮ ਜਿਹੜਾ ਹੋਇਆ ਸੀ ਉਹਨੂੰ ਟਰੇਸ ਕੀਤਾ ਗਿਆ ਹੈ। ਮੈਂ ਜਿਹੜਾ ਅੱਗੇ ਉਮੀਦ ਕਰਦਾ ਕਿ ਵੀ ਇਸੇ ਤਰੀਕੇ ਸੇ ਇਹਨਾਂ ਦੀ ਕਾਰਗੁਜ਼ਾਰੀ ਜਾਰੀ ਰਹੇਗੀ ਔਰ ਜਿਹੜਾ ਇਹਦੇ ਵਿੱਚ ਹੋਰ ਜਿਹੜੀ ਤਫਤੀਸ਼ ਹੈ ਅਕਿਊਜ਼ ਨੂੰ ਰਿਮਾਂਡ 'ਤੇ ਲੈ ਕਰਕੇ ਔਰ ਡਿਟੇਲ ਪੁੱਛਗਿੱਛ ਕਰਕੇ ਔਰ ਪ੍ਰੋਪਰ ਇਹਦੀ ਐਵੀਡੈਂਸ ਕਲੈਕਟ ਕੀਤੀ ਜਾਵੇ। ਸਰ ਕੋਈ ਰੰਜਿਸ਼ ਨਹੀਂ ਸੀ ਆਪਸ ਵਿੱਚ? ਇਹਨਾਂ ਦੀ ਕੋਈ ਰੰਜਿਸ਼ ਦਾ ਐਸੀ ਕੋਈ ਵਜ੍ਹਾ ਸਾਹਮਣੇ ਨਹੀਂ ਆਈ ਹੈ ਔਰ ਬੇਸਿਕ ਮਕਸਦ ਜਿਹੜਾ ਹੈ ਉਹ ਪੈਸੇ ਲੁੱਟ ਨਹੀਂ ਪਤਾ ਚੱਲਿਆ। ਮੋਟਰਸਾਈਕਲ ਜਿਹੜਾ ਹੈ ਜੋ ਇਹਨਾਂ ਨੇ ਉਸ ਦਿਨ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਅੱਜ ਇਹਨਾਂ ਕੋਲੋਂ ਔਰ ਇਹਦੇ ਇਲਾਵਾ ਜਿਹੜਾ ਹੈ ਤੋ ਟੋਟਲ ਜਿਹੜਾ ਹਾਲੇ ਤੱਕ ਜੋ ਵੀ CCTV ਫੁਟੇਜਿਸ ਵਗੈਰਾ ਉਹਨਾਂ ਨੂੰ ਕਲੈਕਟ ਕੀਤਾ ਜਾ ਰਿਹਾ ਜਿੱਥੇ ਜਿੱਥੇ ਜੋ ਐਵੀਡੈਂਸ ਹੈ ਉਹਨੂੰ ਸਾਰਾ ਜਿਹੜਾ ਹੈ ਪ੍ਰੋਪਰਲੀ ਕਲੈਕਟ ਕਰਕੇ ਔਰ ਇਹਨਾਂ ਦੀ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ। ਮ੍ਰਿਤਕ ਸੰਸਕਾਰ ਹੋ ਗਿਆ ਸੀ, ਕੱਲ੍ਹ ਸੰਸਕਾਰ ਨਹੀਂ ਹੋਇਆ? ਨਹੀਂ, ਮ੍ਰਿਤਕ ਦਾ ਸੰਸਕਾਰ ਜਿਹੜਾ ਹੈ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਕਿਉਂਕਿ ਕੇਸ ਅਸੀਂ ਪੂਰੀ ਤਰੀਕੇ ਸੇ ਟਰੇਸ ਕਰ ਲਿਆ, ਦੋ ਹੀ ਅਕਿਊਜ਼ ਸੀ, ਦੋਨੋਂ ਅਰੈਸਟ ਹੋ ਗਏ, ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਅੱਜ ਸੰਸਕਾਰ ਹੋ ਜਾਣਾ ਚਾਹੀਦਾ। ਸਰ ਜਿੱਦਾਂ ਦੂਸਰਾ ਮੁੰਡਾ ਉਹ ਵੀ ਗੈਸ ਏਜੰਸੀ ਦੇ ਵਿੱਚ ਕੰਮ ਕਰਦਾ ਸੀਗਾ, ਉਹਦੇ ਕੋਲ ਵੀ ਪੈਸੇ ਹੁੰਦੇ ਸੀਗੇ, ਫਿਰ ਇਹਨਾਂ ਤੋਂ ਲੁੱਟਣ ਦਾ ਕੀ ਮਤਲਬ? ਆਈ ਥਿੰਕ ਇਹ ਇਸ ਨੂੰ ਜਾਣਦਾ ਸੀ ਔਰ ਕੁਛ ਇਹਨੂੰ ਆਈਡੀਆ ਹੋਊਗਾ, ਇਹਨਾਂ ਨੇ ਟਾਰਗੇਟ ਉਸੇ ਨੂੰ ਕੀਤਾ ਸੀ, ਉਸ ਨਾਲ ਗੱਲਬਾਤ ਕੀਤੀ ਜਾਂ ਹੋ ਸਕਦਾ ਇਹਨਾਂ ਨੂੰ ਲੱਗਿਆ ਹੋਵੇ ਵਿਸ਼ਵਾਸ ਕਰਦਾ ਹੋਵੇ, ਸੌਖਾ ਮਣ ਵੀ ਗਿਆ ਔਰ ਜਿਸ ਤਰੀਕੇ ਦੇ ਹਾਲਾਤ ਦੱਸਦੇ ਹੈ ਉਹ 3 ਸਿਲੰਡਰ ਜਿਸ ਤਰੀਕੇ ਦੇ ਇਹਨਾਂ ਨੇ ਮੰਗੇ ਸੀ ਉਹ ਲੈ ਕੇ ਚੱਲ ਵੀ ਪਿਆ ਸੀ।